दीदी मैं थोनू कहा ना मेरी मम्मी ना गल करा दो बस। थोनू की दसा मैं, ये सारे घर दे ने मेरा जीना हराम किया पिया। गल गल ते मैनू मेहने मार देने, होर तो होर थोनू भी गाला करते ने सारे टब्बर नू। हाँ जी बस मैनू नहीं पता दीदी, तुसी मम्मी नू लेके ना छेती आ जाओ इत्थे, मैं इत्थे होर नहीं रह सकती। सारे काम कर दी है घर दे नाले, फिर भी मैनू कुटदे मारदे ने दोए जने, ना मैं रोटी खा सकदी है, कुछ नहीं कर सकती हैगी इत्थे। सह लैना औखा किया पे इन्होंने मेरा। हाँ जी दीदी तुसी बस छेती आ जाओ मम्मी नू लेके, मैनू नहीं पता हैगा। ठीक है आ जाओ। ठीक है दसूंगी इन्हों मैं, बांधे से ना बड़े भी कर लै जो कुछ तेरे तो होंगे, ये तो वेखी तो लिटते फिरनगे। जो मेरी माँ ही ना ये गुतनी पट्टी चौरी की चंबली फिरती हैगी, फकारी हुई वेख कि बोलती थी। भी फिर की हो गया, 15,000 की शॉपिंग की सी मैं, कोई खुश थोड़ी धक्का देता थोनू। कंजूस जी आप तो कंजूस है ने, मैनू भी कहें भी तू भी कंजूसी कर, भी मैं थोड़े पिछे लग के क्यों कंजूसी करा, मैं तो नहीं आपके शौक दब सकती हैगी। आ गई लगता मम्मी तो दीदी आ गई। सत श्री अकाल दीदी। सत श्री अकाल, होर कि मैं ठीक है। ठीक है, मम्मी नहीं आए? नहीं मम्मी नू किने दस्या अड़िए, महा चल मम्मी तो पहले ही बीमार है, उन्होंने कौन तकलीफ देनी है, यह जे कम माँ बाप नहीं बुलाईदा हों। चल आ जा, कड तेरी सस न बहर कितने आ, वो इन्नी हिम्मत हो गई इन्हों की गल, मेरी भैन की कोई जिंदगी नहीं हैगी। ले हूँ तो कोई घरें भी नहीं दिखता है, कड बहर कितने ने, वो दसा मैं इन्हों जमी अकल नहीं हैगी भी नूती नाल किवें रहना हों। कमाल होगी बुला लै, हूँ कितने ने, आप आ जाएंगे, उन्होंने कड़ा सुनता नहीं, जान के अंदर बड़ी बैठी है हूँ, तू बोल मार लै माड़ा मोटा उन्हू। शुक्र है मेरी भैन ने मेनू फोन करके बुला लिया, जे कितने जवाकड़ी मेनू ना फोन कर दी ਤੁਸੀਂ ਇਹਨੂੰ ਮਾਰ ਕੇ ਕਿਉਂ ਨਾ ਦੱਬ ਦਿੰਦੇ। ਪੁੱਤ ਮੇਰੀ ਗੱਲ ਸੁਣ, ਇਹਨੂੰ ਕੋਈ ਨਹੀਂ ਮਾਰਦਾ, ਇਹਦਾ ਸਾਰਾ ਕਸੂਰ ਹੀ ਇੱਥੇ ਵੀ, ਜਿਹੜਾ ਤੁਸੀਂ ਇਹਨੇ ਮਾੜੇ ਜਿਹੇ ਇੱਕ ਫੋਨ ਤੇ ਝੂਠ ਤਪਾਣ ਬੋਲਦੀ ਆ ਉਹਦੀ ਆ ਜਾਂਦੇ ਹੋ, ਨਹੀਂ ਇਹ ਸੁਧਰ ਜੇ। ਮੇਰੀ ਗੱਲ ਸੁਣੋ, ਮੇਰੇ ਨਾਲ ਵੱਧ ਘੱਟ ਬੋਲਣ ਦੀ ਲੋੜ ਨਹੀਂ, ਕੋਈ ਝੂਠ ਤਪਾਣ ਨਹੀਂ ਬੋਲਦੀ ਇਹ, ਸੱਚ ਕਹੇ ਨੇ ਜਵਾਕੜੀ ਨੇ, ਕੀ ਝੂਠ ਬੋਲਿਆ। ਅੱਛਾ ਤੁਸੀਂ ਇਹਨੂੰ ਕੁੱਟਦੇ ਮਾਰਦੇ ਨਹੀਂ, ਹੁਣ ਇਹਦਾ ਖਾਣਾ ਪੀਣਾ ਵੀ ਬੰਦ ਹੈ, ਕੀ ਗੱਲ। ਮੈਂ ਮਰ ਜਾ, ਇਹਨੂੰ ਬੈਠੀ ਬਿਠਾਈ ਨੂੰ ਪੁੱਛਦੀ ਆ ਮੈਂ ਤਾਂ। ਆ ਦੇਖ ਲੈ ਦੀਦੀ, ਸ਼ਰਿਆਮ ਝੂਠ ਬੋਲੀ ਜਾਂਦੀ ਹੈ, ਸਾਰੀ ਤਾਂ ਮੈਥੋਂ ਕੰਮ ਕਰਵਾਉਂਦੇ ਨੇਗੇ, ਤੇ ਉੱਪਰੋਂ ਮੈਨੂੰ ਨਾ ਸੂਟ ਲਿਆ ਕਦੇ ਵੀ ਕੁਛ ਨਹੀਂ ਲਿਆ ਕੇ ਦਿੰਦੀ, ਕੱਲ ਮੈਂ ਹਜੇ ਸੂਟ ਮੰਗੇ ਸੀਗੇ ਤਾਂ ਮੈਨੂੰ ਫੜ ਕੇ ਕੁੱਟਦਾ ਦੋਵਾਂ ਜੀਆਂ। ਆ ਸੂਟ ਇਹਦਾ ਹਲੇ ਵਿਆਹ ਵੇਲੇ ਦਾ, ਉਹੀ ਪਾਈ ਜਾਂਦੀ ਹੈ। ਪੁੱਤ ਮੇਰੀ ਗੱਲ ਸੁਣ, ਆ ਦੇਖ ਲੈ ਕੋਈ ਚੱਜ ਦੀ ਚੁੰਨੀ ਨਹੀਂ ਵਿਚਾਰੀ ਨੂੰ, ਕੁਛ ਹੋਰ ਨਹੀਂ, ਉਹ ਤਾਂ ਫਿਰ ਤੇਰੇ ਇਤੋਂ ਜਲੂਸ ਕੱਢੇਗਾ ਭਾਈ ਇਹਨੇ, ਮੇਰੇ ਜਲੂਸ ਕੱਢੇ ਮਗਰ ਲੱਗੀ ਜਾਂਦੀ ਹੈ। ਮਸੀ ਮੇਰੀ ਗੱਲ ਸੁਣ, ਦੇਖੋ ਪਿਆਰ ਨਾਲ ਗੱਲ ਕਰਦੀ ਆ ਮੈਂ, ਠੀਕ ਹੈ। ਮੇਰੀ ਪਹਿਲਾਂ ਗੱਲ ਤਾਂ ਸੁਣ ਲੈ, ਤੂੰ ਮੇਰੀ ਤਾਂ ਗੱਲ ਹੀ ਨਹੀਂ ਸੁਣਦੀ, ਆਪਦੇ ਘੋੜਾ ਦਵੱਲੀ ਜਾਂਦੀ ਹੈ, 1,00,000 ਰੁਪਏ ਦਾ ਤੈਨੂੰ ਮੁੰਡੇ ਨੇ ਫੋਨ ਲਿਆ ਕੇ ਦੇਤਾ, ਕਰਜ਼ਾ ਚੱਕ ਕੇ ਉਹ ਵੀ, ਠੀਕ ਹੈ। ਕੱਲ ਇਹਨੇ ਬਿਨਾਂ ਦੱਸੇ ਚੋਰੀਓਂ ਪਤਾ ਨਹੀਂ ਕਿਵੇਂ ਉਹਦੇ ਉਹ ਵਿਚਾਰੇ ਦੇ ਉਹ ATM ਜਿਹਾ ਕੱਢ ਲਿਆ, ਉਹ ਜੋ ਭਾਈ ਇਹਨੇ 15,000 ਦਾ ਆਪਦਾ ਆਨਲਾਈਨ ਹੀ ਸੂਟ ਮੰਗਾ ਲਿਆ, ਉਹ ਮੁੜ ਕੇ ਘਰੇ ਕਲੇਸ਼ ਪੈ ਗਿਆ। ਲੈ ਦੀਦੀ ਕਲੇਸ਼ ਕਿਉਂ ਪੈ ਗਿਆ, ਮੈਨੂੰ ਇਹ ਦੱਸੋ ਵੀ ਉਹਨਾਂ ਦੀ ਕਮਾਈ ਤੇ ਹੁਣ ਮੇਰਾ ਹੀ ਹੱਕ ਹੈ, ਹੁਣ ਉਹਨਾਂ ਤੋਂ ਮੈਂ ਕੋਈ ਵੀ ਚੀਜ਼ ਮੰਗਦੀ ਆ, ਹਰੇਕ ਤੇ ਮੈਨੂੰ ਲੱਗ ਜੂਗੀ ਲੜਨ ਮੇਰੇ ਨਾਲ। ਫਿਰ ਮੇਰੀ ਗੱਲ ਸੁਣ, ਹਜੇ ਤਾਂ 1,00,000 ਰੁਪਏ ਦਾ ਤੈਨੂੰ ਫੋਨ ਲਿਆ ਕੇ ਦਿੱਤਾ, ਅੱਜ ਹੀ ਹੁਣ ਜੇ ਰੋਜ਼ ਆਪਾਂ 1,00,000, 2,00,000 ਖਰਚੀਏ ਫੇਰ ਕਾ ਕਿੱਥੇ ਬਸਦੀ ਹੈ। ਮੇਰੀ ਗੱਲ ਸੁਣ, ਪਹਿਲੀ ਵਾਰ ਫੋਨ ਦਵਾਤਾ ਹੋਣਾ ਤੁਸੀਂ ਉਹੀ ਸੁਣਾਈ ਜਾਂਦੇ ਹੋ, ਵਿਆਹ ਤੋਂ ਪਹਿਲਾਂ ਤਾਂ ਅਗਲੀ ਪੇਕਿਆਂ ਦੇ ਹੀ ਲਿਆ ਕੇ ਆਈ ਸੀ ਫੋਨ, ਠੀਕ ਹੈ ਨਾ। 1,00,000 ਰੁਪਏ ਦੀ ਗੱਲ ਕਰਦੀ ਹੈ, ਮੇਰੇ ਕੋਲ ਇਦੂ ਵੀ ਮਹਿੰਗਾ ਫੋਨ ਹੈ, ਫਿਰ ਮੇਰਾ ਘਰ ਵਾਲਾ ਤਾਂ ਕੋਈ ਨਹੀਂ ਹਟਾਉਂਦਾ। ਮੇਰੀ ਗੱਲ ਸੁਣ, ਫਿਰ ਪੇਕਿਆਂ ਨੇ 1,00,000 ਲੈ ਕੇ ਦਿੱਤਾ ਫੋਨ ਇਹਨੂੰ, ਪੇਕਿਆਂ ਨਾਲ ਜਦੋਂ ਤੁਹਾਡੇ ਵਿਆਹ ਤੇ ਹੁਣ ਤੁਹਾਡੀ ਹੈ, ਮੈਨੂੰ ਕਿਹੜਾ ਦਵਾਇਆ ਸੀ, ਮੈਨੂੰ ਤਾਂ ਮੇਰੇ ਸਹੁਰੇ ਨੇ ਦਵਾਇਆ ਸੀ। ਚਾਦਰ ਦੇਖ ਕੇ ਪੈਰ ਪਸਾਰਨਾ ਚਾਹੀਦਾ। ਮਾਸੀ ਮੇਰੀ ਗੱਲ ਸੁਣ, ਐ ਨਹੀਂ ਹੁੰਦਾ, ਠੀਕ ਹੈ। ਇਹ ਤੁਹਾਡਾ ਕਰਜ਼ਾ ਚੜਿਆ ਹੋਇਆ ਦੇਖ ਕੇ ਅੱਛਾ ਆਪਦੀ ਜ਼ਿੰਦਗੀ ਜੀਣਾ ਤਾਂ ਨਹੀਂ ਭੁੱਲ ਸਕਦੀ, 15,000 ਰੁਪਈਆ ਕਿੱਡੀ ਕੁ ਗੱਲ ਹੈ, ਇਹ ਕਿਹੜਾ ਰੋਜ਼ ਸੂਟ ਲਿਆਉਂਦੀ ਹੈ, ਆਹੋ ਨਾਲੇ ਕਿਹੜੇ 15,000 ਦੇ ਸੂਟ ਲਏ ਨੇ, ਉਹ ਤਾਂ ਸੂਟ ਪਾਇਆ ਹੋਇਆ ਦੱਸ ਰਿਹਾ ਮੈਨੂੰ। ਤੇ ਨਾਲੇ ਪਤਾ ਕੀ ਹੈ, ਨਾਲੇ ਕਰਦੀ ਤਾਂ ਆਪ ਹੈਗੀ ਸਾਰਾ ਕੁਛ, ਇਹ ਤੇ ਨਾਮ ਮੇਰੇ ਲਾ ਦਿੰਦੀ ਹੈ,
ਨਾਲੇ ਕੋਈ ਕੰਮ ਨਹੀਂ ਕਰਦੀ ਹੈਗੀ ਸਾਰੇ ਕੰਮ ਕਰਵਾਉਂਦੀ ਹੈ ਉਪਰੋਂ ਉਹਨੂੰ ਉਂਗਲਾਂ ਲਾਈ ਜਾਊਗੀ ਇਹ ਤਾਂ ਤੁਸੀਂ ਸ਼ੁਕਰ ਕਰੋ ਕੰਮ ਤਾਂ ਤੂੰ ਤਾਂ ਕਰੇ ਜੇ ਤੈਨੂੰ ਕੋਈ ਕਰਨਾ ਆਉਂਦਾ ਹੋਵੇ ਗੱਲਾਂ ਦੇਖ ਲੈ ਕਰਦੀ ਦੇਖ ਲੈ ਇਹ ਗੱਲ ਮੇਰੇ ਭੈਣ ਨੂੰ ਕੀ ਕੰਮ ਨਹੀਂ ਕਰਨੇ ਆਉਂਦੇ ਇਹ ਤਾਂ ਕੱਲ ਮੁੰਡੇ ਨੇ ਕਹਿਤਾ ਕਹਿੰਦਾ ਕਿ ਪਤਾ ਨਹੀਂ ਅੱਜ ਸਵੇਰੇ ਦੀ ਗੱਲ ਹੈ ਮੈਨੂੰ ਲੱਗਦਾ ਅੱਕੇ ਮੇਰੇ ਬਟਨ ਲਾ ਦਿਓ ਬਟਨ ਟੁੱਟ ਗਿਆ ਉਹਨੂੰ ਕਹਿੰਦੀ ਮੈਨੂੰ ਨਹੀਂ ਲਾਉਣਾ ਦਾ ਦੀ ਮਾਂ ਤੋਂ ਲਵਾ ਲਾ ਕਿਉਂ ਲਾ ਮੈਂ ਬਟਨ ਨਹੀਂ ਲਾ ਸਕਦੀ ਜਦੋਂ ਆਪ ਨਹੀਂ ਮੈਨੂੰ ਚੱਜ ਨਾਲ ਬੋਲਦਾ ਫਿਰ ਮੈਂ ਉਹਦੇ ਬਟਨ ਕਿਉਂ ਲਾ ਕੇ ਦੇਵਾਂ ਅੱਛਾ ਹਜੇ ਤੇਰਾ ਚੱਜ ਨਾਲ ਹੀ ਨਹੀਂ ਬੋਲਦਾ ਲੱਖ ਦਾ ਫੋਨ ਲਿਆ ਕੇ ਦਿੱਤਾ ਹੋਰ ਪਤਾ ਨਹੀਂ ਕੀ ਆਦੇ ਲੱਖ ਦਾ ਫੋਨ ਹੀ ਸੁਣਾਈ ਜਾਂਦੀ ਹੈ ਹੁਣ ਮੈਨੂੰ ਤੁਸੀਂ ਮੇਰੀ ਗੱਲ ਸੁਣੋ ਸੁਣਾ ਦੇ ਜੇ ਮੇਰੀ ਭੈਣ ਤੁਹਾਡੇ ਤੋਂ ਨਹੀਂ ਵਸਾਈ ਜਾਂਦੀ ਉਹਨੂੰ ਕੱਪੜਾ ਲੀੜਾ ਨਹੀਂ ਲਿਆਂਦਾ ਜਾਂਦਾ ਉਹਨੂੰ ਰੋਟੀ ਪਾਣੀ ਨਹੀਂ ਚੱਜ ਨਾਲ ਦਿੱਤਾ ਜਾਂਦਾ ਤਾਂ ਮੈਨੂੰ ਦੱਸੋ ਮੈਂ ਆਪਦੀ ਨੂੰ ਲੈ ਜਾਂਦੀ ਹਾਂ ਮੈਂ ਤਾਂ ਆਪਦੇ ਮਾਂ ਪਿਓ ਕੋਲੇ ਵੀ ਨਹੀਂ ਭੇਜਦੀ ਆਪਦੇ ਕੋਲ ਹੀ ਲੈ ਜੂੰਗੀ ਲੈ ਤੂੰ ਵੀ ਦੀਏ ਕਮਾਲ ਕਰੀ ਨੇ ਅੱਕੇ ਮੇਰੀ ਭੈਣ ਨੂੰ ਲੈ ਜਾਨੇ ਮੇਰੀ ਗੱਲ ਸੁਣ ਲੈ ਭੈਣ ਦਾ ਤੂੰ ਘਰ ਵਸਾਉਣਾ ਹੀ ਹੈ ਕਿ ਪੱਟਣਾ ਹੀ ਹੈ ਨਾਲੇ ਇਹਨੂੰ ਕਿਹੜੀ ਚੀਜ਼ ਦਾ ਤੋੜਾ ਇੱਥੇ ਇਹੀ ਤਾਂ ਗੱਲ ਹੈ ਜਦੋਂ ਤੁਸੀਂ ਇਹਨੂੰ ਐਂ ਕਹਿ ਦਿੰਦੇ ਹੋ ਵੀ ਆ ਜਾਓ ਸਾਡੀ ਸ਼ਹਿ ਹੈ ਤਾਂ ਹੀ ਤਾਂ ਇਹ ਨਹੀਂ ਵੱਸਦੀ ਸਾਰਾ ਦਿਨ ਡਰਾਬੇ ਦਿੰਦੀ ਆ ਕੁਮਾਇਆ ਆਪਦੇ ਪੇਕੇ ਵਗ ਜੂ ਇਹ ਗੱਲਾਂ ਕੋਈ ਚੰਗੀਆਂ ਨਹੀਂ ਹੁੰਦੀਆਂ ਤੁਸੀਂ ਜਿਹੜੀਆਂ ਇਹਦੇ ਨਾਲ ਕਰਦੇ ਹੋ ਤਾਂ ਚੰਗੀਆਂ ਹੁੰਦੀਆਂ ਹੋਣਗੀਆਂ ਫਿਰ ਲੈ ਜਦੋਂ ਅਸੀਂ ਇਹਦੇ ਨਾਲ ਕੁਝ ਕਰਦੇ ਨਹੀਂ ਤਾਂ ਫੇਰ ਉਹੀ ਗੱਲ ਤੇੜੀ ਕਰਦੇ ਕਿਉਂ ਨਹੀਂ ਰੋਜ਼ ਮੈਨੂੰ ਸੁਣਾਉਂਦੇ ਨਹੀਂ ਆਖੇ ਕਰਜ਼ਾ ਤਾਂ ਇਹਨਾਂ ਦਾ ਪਹਿਲਾਂ ਦਾ ਮੇਰੇ ਆਉਣ ਤੋਂ ਚੜਾਇਆ ਹੋਇਆ ਮੈਨੂੰ ਰੋਜ਼ ਕਹੂਗੀ ਮੇਰੇ ਪੁੱਤ ਦੇ ਸਿਰ ਤੇ ਇੰਨਾ ਕਰਜ਼ਾ ਜਿਹੜਾ ਤਾਂ ਕਰਜ਼ਾ ਨਾ ਮੈਂ ਚੜਾਇਆ ਕਰਜ਼ਾ ਆਹੋ ਕੀ ਗੱਲ ਭਾਈ ਬਾਬਿਆ ਕੇ ਨਹੀਂ ਲਿਆਂਦੀ ਤੁਸੀਂ ਨੇ ਜੇ ਕਰਜ਼ਾ ਚੜਿਆ ਤਾਂ ਫਿਰ ਵਿਆਹ ਕੇ ਜਿਹੜੀ ਲਿਆਂਦੀ ਜਿਹੜੇ ਸਾਡੇ ਫਰਜ਼ ਆ ਉਹ ਪੂਰੇ ਕਰੀ ਜਾਂਦੇ ਆ ਹੁਣ ਐਦਾਂ ਨਹੀਂ ਵੀ ਘਰ ਨੂੰ ਹੀ ਇਹ ਨਹੀਂ ਮੈਂ ਉਹਦੇ ਤੋਂ ਛੁੱਟੀ ਲੈਣ ਨੂੰ ਕਹਤਾ ਆਖੇ ਮੈਨੇ ਤਾਂ ਮੇਰੀ ਪੁੱਤ ਦੀ ਜੌਬ ਛਡਵਾਤੀ ਹੁਣ ਮੈਂ ਜੌਬ ਛਡਵਾਈ ਉਹਦੀ ਮੇਰੀ ਗੱਲ ਸੁਣ ਪੁੱਤ ਉਹਦੀ ਹੁਣ ਨਵੀਂ ਨਵੀਂ ਨੌਕਰੀ ਹੈ ਹੈ ਇਹ ਤਾਂ ਰੋਜ਼ ਕਹਿੰਦੀ ਵੀ ਛੁੱਟੀਆਂ ਲੈ ਕੇ ਭਾਈ ਮੈਨੂੰ ਸ਼ਹਿਰ ਲੈ ਜਾ ਅਗਲਾ ਤੈਨੂੰ ਪਤਾ ਨਹੀਂ ਵੀ ਨੌਕਰੀ ਤੋਂ ਕੱਢ ਤੂੰ ਹੁਣ ਵਿਚਾਰੇ ਨੇ ਦੁਬਾਰੇ ਫੇਰ ਕਿਤੇ ਹੋਰ ਕਿਸੇ ਤਰਲੇ ਮਿੰਟੇ ਕੱਢੀ ਹੈ ਉੱਥੇ ਹੁਣ ਫੇਰ ਕਹਿ ਦਿੰਦੀ ਇਹਨੂੰ ਛੁੱਟੀ ਲੈ ਲਾ ਵਿਆਹੀ ਬਰੀ ਹੈ ਉਹਦੇ ਨਾਲ ਠੀਕ ਹੈ ਇਹਨੇ ਉਹਦੇ ਨਾਲ ਵਿਆਹ ਕਰਾਇਆ ਉਵੇਂ ਨਹੀਂ ਤੁਰੀ ਫਿਰਦੀ ਉਹਦਾ ਫਰਜ਼ ਬਣਦਾ ਇਹਨੂੰ ਕਮਾਉਣ ਫਿਰਾਉਣ ਦਾ ਸਾਰੀ ਉਮਰ ਡਿਊਟੀਆਂ ਕਰਨੀਆਂ ਨੇ ਪਰ ਮੇਰੇ ਘਰ ਵਾਲਾ ਕਿ ਮੈਨੂੰ ਕਮਾਉਂਦਾ ਨਹੀਂ ਨਹੀਂ ਫਿਰ ਜਿੱਦਾਂ ਛੁੱਟੀ ਹੁੰਦੀ ਹੁਣ ਐਤਵਾਰ ਇੱਕ ਛੁੱਟੀ ਹਫ਼ਤੇ ਚ ਆ ਤਾਂ ਜਾਂਦੀ ਹੈ ਪੁੱਤ ਬੰਦਾ ਉੱਧੇ ਘੁੰਮ ਫਿਰਿਆ ਵੀ ਮਾਸੀ ਮੇਰੀ ਗੱਲ ਸੁਣ ਠੀਕ ਹੈ ਰੋਜ਼ ਰੋਜ਼ ਤਾਂ ਸਾਥੋਂ ਵੀ ਨਹੀਂ ਗੇੜੇ ਵੱਜਦੇ ਮੇਰੇ ਘਰ ਵਾਲਾ ਤਾਂ ਮੈਨੂੰ ਅੱਜ ਵੀ ਨਹੀਂ ਤੇ ਭੇਜਦਾ ਕਹਿੰਦਾ ਦੂਜਾ ਗੇੜਾ ਹੁੰਦਾ ਤੁਹਾਡਾ ਤਾਂ ਦੂਜੇ ਦਿਨ ਹੀ ਉਹ ਫਿਰ ਵੀ ਸਿਆਣਾ ਤੇਰੇ ਘਰ ਵਾਲਾ ਉਹਨੂੰ ਪਤਾ ਹੀ ਹੋਊਗਾ ਹੀ ਤੁਹਾਡਾ ਹਾਂ ਪਤਾ ਹੀ ਹੈ ਫਿਰ ਤੁਹਾਡੇ ਕੀ ਕਿਉਂ ਤੂੰ ਅੱਛਾ ਅਸੀਂ ਵੀ ਤੇਰੇ ਫਿਰ ਦੇਵਾਂਗੇ ਪਤਾ ਉਹਨੂੰ ਫਿਰ ਮੇਰੀ ਗੱਲ ਸੁਣ ਫਿਰ ਕੋਈ ਸਿਆਣਾ ਬੰਦਾ ਤੇਰੀ ਮਾਂ ਆਉਂਦੀ ਤੇਰਾ ਪਿਓ ਕੋਈ ਮੈਂ ਵੀ ਉਹਨਾਂ 'ਚ ਬਹਿ ਕੇ ਗੱਲ ਕਰਾਂ ਹੁਣ ਤੁਸੀਂ ਭੈਣਾ ਭੈਣਾ ਖਿਚੜੀ ਭਾਈ ਤੁਸੀਂ ਨੇ ਛੱਡੀਆਂ ਨਹੀਂ ਹੈਗੀਆਂ ਮਾਂ ਬਾਪ ਮੂਰੇ ਮੂੰਹ ਦਿਖਾਉਣ ਜੱਗੀਆਂ ਸੀ ਹਾਂ ਅਸੀਂ ਤਾਂ ਲੈ ਆਉਂਦੀ ਮੈਂ ਤਾਂ ਆਪਦੇ ਮਾਂ ਨੂੰ ਪਿਓ ਨੂੰ ਮੈਂ ਤਾਂ ਨਹੀਂ ਲੈ ਕੇ ਹੀ ਮੈਂ ਚੱਲ ਉਹ ਆਉਣਗੇ ਅੱਜ ਗੁੱਤਮ ਗੁੱਤੀ ਹੋ ਜੂਗੀ ਬਾਦ ਮੇਰੀ ਗੱਲ ਸੁਣ ਜਿਹੜਾ ਸਲੂਕ ਹੈ ਮੇਰੇ ਨਾਲ ਕਰਦੀ ਮੈਂ ਤਾਂ ਅੱਜ ਤੱਕ ਕਿਸੇ ਕੋਲੇ ਭਾਫ ਨਹੀਂ ਕੱਢੀ ਮੈਂ ਤਾਂ ਐ ਵੀ ਚੱਲ ਮੇਰੀ ਨੂੰਹ ਹੈ ਕਾਣੂ ਇਹਦੀ ਬੇਇੱਜ਼ਤੀ ਕਰਨੀ ਹੈ ਇਹਨੂੰ ਸਾਡੀ ਬੇਇੱਜ਼ਤੀ ਦੀ ਕੋਈ ਸ਼ਰਮ ਹੀ ਨਹੀਂ ਜਦੋਂ ਜੀ ਕਰਦਾ ਉਹਦੀ ਆਂਢ ਗੁਆਂਢ ਇਕੱਠਾ ਕਰ ਲੈਂਦੀ ਹੈ ਮਾਸੀ ਮੇਰੀ ਗੱਲ ਸੁਣ ਤੇਰੇ ਨਾਲ ਤਾਂ ਮੈਥੋਂ ਮਗਜ ਪਾਈ ਹੁੰਦੀ ਨਹੀਂ ਹਾਂ ਠੀਕ ਹੈ ਨਾ ਤੂੰ ਤਾਂ ਇਹੀ ਜੀ ਰਹੇਂਗੀ ਤੇਰਾ ਤਾਂ ਮੈਂ ਲਾ ਲਿਆ ਸਾਹਿਬ ਤੇਰਾ ਮੁੰਡਾ ਦੱਸ ਦੇ ਕਿੱਥੇ ਹੈ ਉਹ ਨਹੀਂ ਭਾਈ ਘਰੇ ਹੈਗਾ ਉਹ ਤਾਂ ਡਿਊਟੀ ਤੇ ਗਿਆ ਲੈ ਕਮਾਲ ਹੈ ਕਿਉਂ ਡਿਊਟੀ ਤੇ ਕਾਹਤੋਂ ਭੇਜਿਆ ਅੱਜ ਉਹਨੂੰ ਤੂੰ ਜਿਹੜੀ ਗੱਲ ਕਰਨੀ ਹੈ ਮੇਰੇ ਨਾਲ ਕਰ ਲੈ ਹੁਣ ਰੋਜ਼ ਇਹਨੂੰ ਚੰਗਾ ਭਲਾ ਪਤਾ ਸੀ ਦੀਦੀ ਵੀ ਤੁਸੀਂ ਆਉਣਾ ਹੈ ਫਿਰ ਵੀ ਜਾਣ ਬੁੱਝ ਕੇ ਭੇਜੇ ਨੇ ਆਹੋ ਨਵੇਂ ਥਾਂ ਤੇ ਮਸਾਂ ਉਹਨੇ ਤਰਲੇ ਮਿੰਤਾ ਕੱਢ ਕੇ ਨੌਕਰੀ ਲਈ ਆ ਉੱਥੋਂ ਵੀ ਅਗਲਾ ਛੁੱਟੀ ਕਰ ਦੇ ਹਾਂ ਇੱਕ ਦਿਨ ਛੁੱਟੀ ਹੁੰਦੀ ਨਹੀਂ ਸੀ ਇੱਕ ਦਿਨ ਨਹੀਂ ਛੁੱਟੀ ਹੁੰਦੀ ਸੀ ਜਦੋਂ ਜੇ ਹਿੰਮਤ ਤੀ ਮੂੰਹ ਤੇ ਗੱਲ ਕਰਨ ਦੀ ਤਾਂ ਘਰੇ ਰਹਿੰਦਾ ਟਲਕੇ ਵਗ ਗਿਆ ਪਤਾ ਹੈ ਉਹਨੂੰ ਵੀ ਲਾਪਰੀ ਦਾ ਸਵਾਗ ਕਹੇ ਜਾ ਲੈ ਟਲ ਨੂੰ ਫਿਰ ਉਹਨੇ ਕੀ ਕੋਈ ਕਸੂਰ ਕੀਤਾ ਹੈਗਾ ਹੈ ਕਸੂਰ ਕੀਤਾ ਹਾਲੇ ਕਸੂਰ ਤੋਂ ਘੱਟ ਹੀ ਹੈ ਇਹ ਹਾਂ ਐਤਕੀ ਤਾਂ ਮੈਂ ਫੇਰ ਵੀ ਕੱਲੀ ਆਈ ਆ ਅਗਲੀ ਵਾਰ ਤਾਂ ਅਸੀਂ ਇਕੱਠ ਕਰਾਂਗੇ ਜੇ ਆਹੀ ਕੋ ਸਾਡੀ ਕੁੜੀ ਨਾ ਹੁੰਦਾ ਰਿਹਾ ਤਾਂ ਤਾਂ ਮੇਰੀ ਗੱਲ ਸੁਣ ਇਹ ਆਪਣਾ ਮਸਲਾ ਨਿਬੜੂ ਇਕੱਠ ਚ ਹਾਂ ਕਰ ਲੋ ਇਕੱਠ ਕੋਈ ਗੱਲ ਨਹੀਂ ਫਿਰ ਜਦੋਂ ਜੀ ਕਰਦੇ ਨੇ ਇਕੱਠ ਦੇ ਡਰਾਬੇ ਦਿੰਨੀ ਹੁਣ ਅਸੀਂ ਐ ਫਿਰ ਕਿੰਨਾ ਚਿਰ ਚੁੱਪ ਕਰੀ ਜਾਵਾਂਗੇ ਤੁਹਾਡੇ ਮੂਹਰੇ ਚੱਲ ਕੋਈ ਨਾ ਆ ਜਾਣਦੇ ਵਰਿੰਦਰ ਨੂੰ ਫਿਰ ਚੱਲ ਜਦੋਂ ਮੇਰੀ ਅੰਦਰ ਚੱਲੀਏ ਨਹੀਂ ਨਾ ਵਰਿੰਦਰ ਦੀ ਨਾ ਮੇਰੀ ਸਾਰੇ ਕਸੂਰ ਤਾਂ ਤੇਰੀ ਭੈਣ ਚ ਨੇ ਚੱਲ ਕੋਈ ਨਾ ਕੋਈ ਨਾ ਤੂੰ ਐ ਕਰ ਪ੍ਰੀਤ ਬੈਗ ਚ ਪਾ ਕੱਪੜੇ ਮੈਂ ਤਾਂ ਉਹਦੀ ਭੈਣ ਨੂੰ ਲੈ ਕੇ ਜਾਨੀ ਆ ਤੁਹਾਡੇ ਘਰੇ ਜਾਲਮਾਂ ਦੇ ਘਰੇ ਰੱਖ ਕੇ ਇਹਨੂੰ ਮਰਵਾਉਣਾ ਮੈਂ ਆਏ ਫਿਰ ਭਾਈ ਮੈਂ ਵੀ ਕਿੰਨਾ ਚਿਰ ਰੋਕ ਕੇ ਰੋਕੀ ਜਾਉਂ ਲੈ ਕੇ ਜਾਣੀ ਆ ਲੈ ਜਾ 100 ਵਾਰੀ ਲੈ ਜਾ ਮੇਰੇ ਬੰਨੀ ਆ ਦੇਖ ਲੋ ਭੇਜ ਕੇ ਰਾਜ਼ੀ ਨਹੀਂ ਤਾਂ ਮੈਨੂੰ ਤੁਸੀਂ ਤਾਂ ਚਾਹੁੰਦੇ ਹੀ ਇਹੀ ਹੋ ਵੀ ਸਾਡੇ ਮੁੰਡੇ ਨੂੰ ਦੂਜੀ ਵਾਰ ਵਿਆਹ ਦਈਏ ਅਸੀਂ ਇਹਨੂੰ ਲੈ ਜਾਈਏ ਅਸੀਂ ਤਾਂ ਆਪਦੀ ਨੂੰ ਲੈ ਜਾਂਦੇ ਆ ਨਾਲੇ ਮਾੜੀ ਮੋਟੀ ਅਕਲ ਸਿੱਖ ਲੋ ਵੀ ਆਉਣ ਜਾਣ ਵਾਲੇ ਕਿਸੇ ਰਿਸ਼ਤੇਦਾਰ ਨੂੰ ਆਏ ਗਏ ਨੂੰ ਚਾਹ ਪਾਣੀ ਦਾ ਨਾਂ ਲੈਣਾ ਹੈ ਜਿਹੇ ਜੇ ਤੁਸੀਂ ਫਿਰ ਰਿਸ਼ਤੇਦਾਰ ਨੂੰ ਪੁੱਛਦੇ ਹੋ ਜੇ ਮੇਰੀ ਭੈਣ ਨੂੰ ਰੋਟੀਆਂ ਖਵਾਉਂਦੇ ਹੋਵੋਗੇ ਨਾ ਫਿਰ ਤੇਰੀ ਭੈਣ ਤੈਨੂੰ ਚਾਹ ਕਰਕੇ ਪਿਆ ਦਿੰਦੀ ਪਿਆ ਦਿੰਦੀ ਬਥੇਰਾ ਹਾਲਤ ਤੁਸੀਂ ਕਹੀ ਜੀ ਕਰਕੇ ਕੁੱਟ ਕੁੱਟ ਕੇ ਉਹਦੀ ਲੈ ਹਾਲਤ ਨੂੰ ਦੱਸ ਪਤਾ ਨਹੀਂ ਉਸੇ ਗੱਲ ਤੇ ਫੇਰ ਕੁੱਟ ਕੁੱਟ ਕੇ ਸਾਨੂੰ ਨਾ ਕੁੱਟ
तू ना इन्हां दा फायदा ना सोच, इन्हां दा फायदा करदी करदी आपदी कुतनी नूं कहड़ा दबा लेंगी दुबारे। एक बार ना मेरी गल सुन लो, दरअसल ना इन्हां दी कोई गलती नहीं, गलती तो सारी मेरी है। तेरी है? आहो, मैं पता की करिया सी रात, वरिंदर दा ना कार्ड क्रेडिट कार्ड चक के उच 15,000 रुपये यूज कर लिया सीगा, ते मैनूं ना एक ड्रैस जी पसंद आ गई सी ते मैनूं वधिया लगी ते मैं ओह मंगवा ली। इन्हां ने बस इन्नी क गल नूं एडा वड्डा पतंगड़ बना लिया। ये इन्नी क गल नहीं हैगी, मैनू नहीं सी पता भी तू सच्ची 15,000 रुपए की ड्रैस खरीदी आ। मैनू तो एवं सी कि थोड़ी बुढ़ी तेरे ते जान बुझ के ब्लेम करती है, तेनू शर्म नहीं आई कितने कोई इन्ने पैसे खर्चदा हुंदा है? लै दीदी मैं होर की करती, इन्हां तों मंगदी, मैनू पता इन्हां ने मैनू कदे भी नहीं सी देने, तां करके फिर मैं यूज कर लिया। मैं कहा जिहड़ा कुछ होऊ देखी जाऊ, हुण तुसीं भी उन्हां दे पिछे लगी जाने हो, 15,000 रुपए खर्चे नाले, मैं कहड़ा इन्हां तों कदे अज तक कदे कुछ लिएगा? गल 15,000 दी नहीं हैगी, तू ये वेख भी तेरे घर वाले की तनखाह कितनी घट आती है, नाले तू मैनू अपनी सस सामने उही झूठी पवाता। हाय रब्बा, मैं तो उन्होंने बेचारे नूं बुढ़ी तो बिना गल ही नहीं की, इन्ना कुछ सुना गई, जे मैनू पता होंदा ना मैं सच्ची तेरे थप्पड़ मारना सी उदों। दीदी तुसीं इह कदों करी जांदे हो, ते नाले मेरी गल सुनो, हुण तां चल मैं 15,000 खर्चिया, हुण तां तुसीं उन्होंने जान देनी बहुत भैड़ी हैगी उह, ते नाले मेरी गल सुनो, मैं पिंड नहीं जाना, आपदा कोई स्कीम स्कूम ला दो। हुण तैनूं मैं भी नहीं लैके जांदी, गलती सारी तेरी है, तूं इल्जाम उन्हां ते ठोकता। ते फिर हुण तुसीं की कहोगे उन्हूं जाके? की कहोगे, मैं आपे संभाल लूंगी, हुण मैं जावां। नाले मेरी गल सुन लै, इदू बाद ना सानू सोच समझ के बुलाई तू, मैं तो पहले ही मसाई सी, कम इन्ने पए आ घरे सारे छड के आई। चल कोई ना, हुण एवें कदों बोली जाने हो। चल चंगा फिर, तू ना बाहर आई, मैं तेरी सस नूं मिल के आपे कुछ ना कुछ कह जानी आ। चल चंगा मासी फिर, जानी हाँ मैं तो ऐतकी, ठीक है ना? ऐतकी तो चल मैं क्या भी क्यों गल बधाउणी है, नाले तो मैं उन्होंने उन्होंने समझाता साडे वाली कुड़ी नूं, नाले थोनू कहनी हाँ भी ऐतकी तो मैं कल्ली आई हाँ, अगली बार नहीं मैं कल्ली आउंदी, अगली बार तो मैं सारा पिंड इकट्ठा करके लैके आऊँ, नाले लैके आऊँगी पुलिस नूं। हुण जे मेरी भैन नाल कोई भी 19 होई तां इहदे जिम्मेवार तुसीं होवोंगे। मेरी गल सुन ला, तेरी भैन नूं कोई कुछ नहीं कहिंदा, जिहड़े आ डरावे जे दिंदे आ भाई, फिर इह तों मैं भी नहीं डरदी, जिहड़ा कुछ हुंदा सो थो कर लिओ। कोई गल नहीं, उह तां असीं कर लांगे, जे मेरी भैन दे हुण आंच भी आ गई तां है, दोहां नूं समझा के गईआं मैं। ना हुण किहड़ा तेरी भैन दे असीं लाशां पातीआं सी कुट के, किते देखिया वी कोई निशान पिया होइआ? ताड़ी दो हथ वजदी, एक नाल ही वजदी, जे एक हथ अगे आऊगा तां दूजा हथ जाऊ अगे। तुसीं ओ एक हथ ओहदा हैगा एक तेरा, दोनों भैन भैणां दे हथां नाल ही ताड़ियां वजदियां। चल कोई गल नहीं फिर, मैं तां तुहानूं आखरी वारी इही गल कहनी आ, ਵੀ ਇਦੂ ਬਾਅਦ ਮੈਨੂੰ ਫੋਨ ਨਾ ਆਜੇ ਮੇਰੀ ਭੈਣ ਦਾ, ਬਸ ਨਹੀਂ ਮੈਥੋਂ ਬੁਰਾ ਕੋਈ ਨਹੀਂ ਹੈਗਾ। ਤੇਰੀ ਭੈਣ ਨੂੰ ਕਹਿ ਵੀ ਮੈਨੂੰ ਮੁੜ ਕੇ ਫੋਨ ਨਾ ਕਰੀ, ਉਹ ਤਾਂ ਕਰੂਗੀ ਹੁਣ ਜਦੋਂ ਇਹਨਾਂ ਵਧੀਕੀਆਂ ਹੋਣਗੀਆਂ। ਨਹੀਂ ਭਾਈ ਮੈਥੋਂ ਤਾਂ ਤੁਹਾਡੇ ਨੂੰ ਸਮਝਾਇਆ ਨਹੀਂ ਜਾਂਦਾ। ਚਲ ਠੀਕ ਹੈ, ਸਾਥੋਂ ਵੀ ਨਹੀਂ ਇੰਨੀ ਜਵਾਬ ਵੱਜਦੀ ਹੈਗੀ, ਨਾਲੇ ਮੈਂ ਤਾਂ ਹੀ ਕਹਿੰਦੀ ਸੀ ਬਸ ਵੀ ਭਾਈ ਸਾਡਾ ਫਰਜ਼ ਸੀਗਾ ਇੱਕ ਵਾਰੀ ਤਲਾਹ ਦੇਣ ਦਾ, ਤਲਾਹ ਦੇਤੀ ਤੇ ਸਮਝਾਤਾ ਮੈਂ ਤੁਹਾਨੂੰ, ਹੁਣ ਮੈਂ ਜਾਣੀ ਹਾਂ, ਮੈਂ ਗੱਲ ਵਧਾਉਣਾ ਨਹੀਂ ਚਾਹੁੰਦੀ ਹੈਗੀ। ਚੰਗਾ ਤੁਸੀਂ ਰੋਟੀ ਪਾਣੀ ਖਵਾਇਆ ਮੈਨੂੰ। ਅੱਡ ਸਰਪੰਚ ਨਹੀਂ ਬਣੀ ਫਿਰਦੀ ਐ ਲੈ ਦੱਸ, ਹੈਂ ਇਹੋ ਜਿਹਾ ਇਹਦੇ ਘਰ ਵਾਲਾ ਜਿਹੜਾ ਇਹਨੂੰ ਰੋਕਦਾ ਨਹੀਂ, ਨਹੀਂ ਦੋ ਮਾਰ ਗੁਦਨੀ 'ਚ ਉਈ ਤੁਰ ਪੈਂਦੀ ਹੈ ਚੱਕ ਕੇ, ਦੱਸ ਉਹੀ ਜੀ ਮਾਂ ਉਈਆਂ ਹੀ ਆ ਧੀਆਂ ਨੇ, ਇਹਨਾਂ ਨੂੰ ਕਿਹੜਾ ਸਮਝਾਲੂ ਕੰਜਰ। ਆ ਗਈ ਕੌਣ? ਸਤਿ ਸ਼੍ਰੀ ਅਕਾਲ ਦੀਦੀ, ਚਲੋ ਠੀਕ ਹੈ ਦੀਦੀ, ਕੋਈ ਨਾ ਮੈਂ ਰੱਖੂ ਧਿਆਨ, ਤੁਸੀਂ ਚਲ ਜਾਓ। ਬਸ ਮੈਂ ਤਾਂ ਐਵੇਂ ਕਹਿਣ ਆਈ ਸੀ। ਹਾਂਜੀ ਕੋਈ ਨਾ, ਲੈ ਜ਼ਿੰਦਗੀ ਤਾਂ ਇਹਦੀ ਆ, ਜਿੱਧਰ ਜੀ ਕਰਦਾ ਮੂੰਹ ਚੱਕ ਕੇ ਤੁਰ ਪੈਂਦੀ ਆ, ਅਤੇ ਇੱਕ ਮੈਂ ਕੋਈ ਲੈ ਕੇ ਵੀ ਨਹੀਂ ਜਾਂਦਾ ਕਿਤੇ, ਜ਼ਿੰਦਗੀ ਖਰਾਬ ਹੋਈ ਪਈ ਹੈ ਸਾਰੀ। ਪਾਣੀ ਲੈ ਕੇ ਆਵਾਂ? ਹਾਂ ਲਿਆ ਦੇ ਪਾਣੀ, ਤਾਂ ਗਰਮੀ ਬਹੁਤ ਹੋਈ ਪਈ ਹੈ ਨਾ। ਹੋਰ ਜ਼ਿਆਦਾ ਹੋ ਰਹੀ ਹੈ ਗਰਮੀ।
ਤੇ ਮੈਂ ਕਹਿੰਦੀ ਸੀ ਆ ਗਰਮੀ ਦਾ ਇਲਾਜ ਹੈਗਾ ਮੇਰੇ ਕੋਲ ਦੂਰ ਕਰਨ ਦਾ। ਕੀ ਨਿੰਬੂ ਪਾਣੀ ਬਣਾ ਕੇ ਲਿਆਉਣਾ? ਨਹੀਂ ਨਿੰਬੂ ਪਾਣੀ ਨਹੀਂ, ਆ ਜਿਹੜੀ ਆਪਣੀ ਗਵਾਂਢਣ ਹੈ ਨਾ ਜੱਸੀ, ਹਾਂ ਉਹ ਆਈ ਸੀ ਮੇਰੇ ਕੋਲੇ, ਇੱਕ ਦੋ ਦਿਨ ਹੋ ਗਏ ਕਿਹਾ ਫਿਰ, ਤੇ ਉਹ ਸ਼ਿਮਲੇ ਗਏ ਹੋਏ ਨੇ। ਮੈਨੂੰ ਕਹਿੰਦੀ ਸੀ ਸਾਡੇ ਘਰ ਦਾ ਨਾ ਧਿਆਨ ਰੱਖੀ, ਤੇ ਤਾਂ ਕਰਕੇ ਮੈਂ ਵੀ ਸਲਾਹ ਬਣਾਈ ਸੀ ਆਪਾਂ ਵੀ ਹਫ਼ਤਾ ਕੁ ਲਾ ਕੇ ਨਾ ਇਹ ਸ਼ਿਮਲੇ। ਪ੍ਰੀਤ ਤੂੰ ਮੈਨੂੰ ਆਪ ਦੱਸ, ਮੈਨੂੰ ਆਹ ਜੋਬ ਮਿਲਣ ਨੂੰ ਕਿੰਨਾ ਟਾਈਮ ਹੋਇਆ? ਲੈ ਫਿਰ ਕੀ ਹੁੰਦਾ, ਮੈਂ ਤੈਨੂੰ ਕੁਛ ਪੁੱਛਿਆ, ਦੱਸ ਤਾਂ ਦੇ। ਇਹਦੇ ਨਾਲ ਥੋੜ੍ਹੀ ਕੋਈ ਮੈਟਰ ਕਰਦਾ ਵੀ ਜੋਬ ਮਿਲਣ ਨੂੰ ਕਿੰਨਾ ਟਾਈਮ ਹੋ ਗਿਆ, ਤੁਸੀਂ ਆਪਦੇ ਬੌਸ ਨੂੰ ਕਹਿ ਵੀ ਤਾਂ ਸਕਦੇ ਹੋ ਵੀ ਮੈਨੂੰ ਹਫ਼ਤੇ ਕੁ ਦੀਆਂ ਛੁੱਟੀਆਂ ਚਾਹੀਦੀਆਂ, ਹਫ਼ਤੇ ਦੀਆਂ ਨਹੀਂ ਚਾਰ ਪੰਜ ਦਿਨਾਂ ਦੀਆਂ ਤਾਂ ਲੈ ਹੀ ਸਕਦੇ ਹੋ। ਪ੍ਰੀਤ ਤੇਰਾ ਦਿਮਾਗ ਖਰਾਬ ਹੋ ਗਿਆ ਸੱਚੀ, ਮੈਨੂੰ ਨਾ ਕਦੇ ਕਦੇ ਤਾਂ ਤੂੰ ਐਂ ਲੱਗਦਾ ਵੀ ਤੂੰ ਸਾਈਕੋ ਹੁੰਦੀ ਆ ਜਿਵੇਂ। ਕਮਾਲ ਹੋਈ ਪਈ ਆ ਤੁਹਾਡੀ, ਇਹ 'ਚ ਸਾਈਕੋ ਵਾਲੀ ਕਿਹੜੀ ਗੱਲ ਆ, ਹੁਣ ਘੁੰਮਣ ਫਿਰਨ ਤਾਂ ਆਪਾਂ ਜਾ ਹੀ ਸਕਦੇ ਹਾਂ। ਫਿਰ ਜਾ ਸਕਦੇ ਹਾਂ, ਚੱਲ ਕੋਈ ਗੱਲ ਨਹੀਂ, ਮੈਂ ਥੋੜ੍ਹਾ ਜਿਹਾ ਸੈੱਟ ਤਾਂ ਹੋ ਜਾਣ ਦੇ। ਸੈੱਟ ਹੀ ਹੋਏ ਹੋਏ ਆ, ਕੋਈ ਚੱਕਰ ਨਹੀਂ। ਆ ਦੋ ਹਫ਼ਤੇ ਹੋਏ ਨੇ ਸਾਰੇ ਵੀ ਨਹੀਂ ਜੋਬ ਮਿਲੀ ਨਾ, ਤੂੰ ਆਪ ਸੋਚ ਪਹਿਲਾਂ ਵੀ ਇਹੀ ਤੇਰੀਆਂ ਗੱਲਾਂ ਕਰਕੇ ਮੈਨੂੰ ਉਹਨਾਂ ਨੇ ਬਾਹਰ ਕੱਢਿਆ ਸੀਗਾ, ਆਹ ਹੁਣ ਧੱਕੇ ਖਾ ਕੇ ਮੈਨੂੰ ਪਤਾ ਉੱਥੇ ਗਰਮੀ 'ਚ ਮਰਦਾ ਰਹਿਣਾ ਕਿਵੇਂ, ਜਿਹੜੇ ਇੰਟਰਵਿਊ ਵਾਲੇ ਮੇਰੀ ਬੇਇੱਜ਼ਤੀ ਕਰਦੇ ਨੇ ਉਹ ਅਲੱਗ। ਮਿਲ ਤਾਂ ਗਈ ਨਾ ਜੋਬ, ਐਂ ਤਾਂ ਨਹੀਂ ਹੈਗਾ ਵੀ ਤੁਸੀਂ ਘਰੇ ਬੈਠੇ ਹੋ। ਜਦੋਂ ਬੈਠਾ ਸੀ ਉਦੋਂ ਬੈਠਣ ਨਹੀਂ ਦਿੱਤਾ, ਹੁਣ ਜਦੋਂ ਜੋਬ 'ਤੇ ਜਾਂਦਾ ਤਾਂ ਕਹਿ ਰਹੇ ਨੇ ਛੁੱਟੀਆਂ ਲੈ ਲਓ, ਮੈਂ ਤਾਂ ਤੇਰੀ ਨਹੀਂ ਸਮਝ ਆਉਂਦੀ, ਕਿੱਧਰ ਮਰਾਂ ਮੈਂ? ਮੈਨੂੰ ਨਹੀਂ ਪਤਾ ਹੈਗਾ, ਹੁਣ 24 ਘੰਟੇ ਕੰਮ ਥੋੜ੍ਹੀ ਹੈ ਵੀ ਕੰਮ 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 ਹੀ ਕਰੀਏ, ਉਹ ਹੁਣ ਜ਼ਿੰਦਗੀ ਨੂੰ ਇੰਜੋਏ ਵੀ ਕਰਨਾ ਚਾਹੀਦਾ, ਮੈਨੂੰ ਨਹੀਂ ਪਤਾ, ਮੈਂ ਤਾਂ ਸ਼ਿਮਲੇ ਜਾਣਾ। ਮੈਨੂੰ ਚੰਗੀ ਤਰ੍ਹਾਂ ਪਤਾ ਹੈ, ਕੋਈ ਗੱਲ ਨਹੀਂ, ਮੈਂ ਕਦੋਂ ਕਿਹਾ ਵੀ ਨਹੀਂ ਛੁੱਟੀਆਂ ਲੈਂਦਾ, ਪਰ ਸਾਫ਼ ਸਿਰ ਨਾਲ ਲੈਣੀਆਂ ਹੁੰਦੀਆਂ। ਸਾਫ਼ ਸਿਰ ਨੂੰ ਹੁਣ ਮੇਰੀ ਗੱਲ ਸੁਣੋ, ਹੁਣ ਹਫ਼ਤੇ 'ਚ ਚਾਰ ਛੁੱਟੀ ਤਾਂ ਹੁੰਦੀ ਹੀ ਨਹੀਂ, ਉਹ ਤੁਸੀਂ ਹੁਣ ਪਹਿਲਾਂ ਹੀ ਮੰਗ ਲਓ ਉਹਨਾਂ ਤੋਂ। ਕੀ ਹੋ ਗਿਆ? ਆਹ ਸੁਣ ਲਾ ਗੱਲ ਹੈ ਜੀ, ਚੱਲੀ ਆ ਕੇ ਛੁੱਟੀਆਂ ਲੈ ਲਓ, ਸ਼ਿਮਲੇ ਚੱਲਦੇ ਹਾਂ। ਚਾਰ ਛੁੱਟੀਆਂ ਹੁੰਦੀਆਂ ਨੇ, ਅਗਲਾ ਨੌਕਰੀ ਤੋਂ ਕੱਢ ਕੇ ਘਰੇ ਬਿਠਾ ਦੂ, ਕਿਧਰੇ ਨੀ ਬਿਠਾਉਂਦਾ, ਜੇ ਬੈਠ ਕੇ ਕੋਈ ਹੋਰ ਮਿਲ ਜੂਗੀ, ਹੁਣ ਜਰੂਰੀ ਥੋੜੀ ਵੀ ਕਿਸੇ ਦੇ ਹੇਠਾਂ ਲੱਗ ਕੇ ਕੰਮ ਕਰਨਾ। ਚਾਰ ਛੁੱਟੀਆਂ ਨੂੰ ਮੈਂ ਅਫਸਰ ਲੱਗਿਆ ਉੱਥੇ, ਪ੍ਰਾਈਵੇਟ ਤਾਂ ਜੌਬ ਕਰਦਾ, ਉਹ ਤਾਂ ਐਤਵਾਰ ਦੀ ਤਾਂ ਛੁੱਟੀ ਹੁੰਦੀ ਹੈ, ਹਫ਼ਤੇ 'ਚ ਚਾਰ ਆਉਂਦੇ ਨੇ। ਫਿਰ ਐਤਵਾਰ ਦੀ ਚਾਰ ਹਫ਼ਤੇ ਉਹ ਤੇ ਆਫਿਸ ਬੰਦ ਹੁੰਦਾ ਨਾ ਕਿ ਛੁੱਟੀਆਂ, ਤੇ ਅੱਛਾ ਇੱਕ ਵਾਰ 'ਚ ਹੀ ਲੈਣਾ ਹੈ, ਦਿਮਾਗ ਤੋਂ ਲੈ ਉਹ ਸੰਡੇ ਹੁੰਦਾ ਆਫਿਸ ਬੰਦ ਹੁੰਦੇ ਨੇ ਤਾਂ। ਪਰ ਮੈਨੂੰ ਨਹੀਂ ਪਤਾ ਹੈਗਾ, ਮੈਂ ਸ਼ਿਮਲੇ ਜਾਣਾ ਤਾਂ ਮੈਂ ਜਾਣਾ, ਆਂਟੀ ਗੁਆਂਢੀ ਸਾਰੇ ਜਾਈ ਜਾਂਦੇ ਨੇ, ਮੈਨੂੰ ਮਚਾਉਂਦੀਆਂ ਨੇ ਜਾਣ ਜਾਣ ਕੇ ਜਾ ਜਾ ਕੇ, ਮੈਂ ਤਾਂ ਜਾਊਂਗੀ ਬਸ। ਮੇਰੀ ਗੱਲ ਸੁਣ ਲੈ ਬਈ, ਕਿਸੇ ਦੀ ਰੀਸ ਨਹੀਂ ਕਰੀਦੀ ਹੁੰਦੀ, ਆਪਾਂ ਆਂਟੀਆਂ ਗੁਆਂਢੀਆਂ ਨਾਲ ਰਲ ਕੇ ਹਰੇਕ ਦਾ ਆਪਦੇ ਘਰ ਦਾ ਹਿਸਾਬ ਕਿਤਾਬ ਹੈਗਾ। ਤੁਹਾਡੇ ਤਾਂ ਹਿਸਾਬ ਕਿਤਾਬ ਨਾ ਕੁਝ ਵੱਖਰੀ ਨੇ ਦੋਵਾਂ ਜੀਆਂ ਦੇ, ਕੋਈ ਚੀਜ਼ ਅੱਜ ਤੱਕ ਪਹਿਲੇ ਬੋਲ ਪੂਰੀ ਕਰੀ ਹੈ ਮੇਰੀ? ਹਰੇਕ ਵਾਰੀ ਨੰਨਾ ਨੰਨਾ ਮਾਰਨਾ ਹੀ ਮਾਰਨਾ ਇਹਨਾਂ ਨੇ। ਅੱਗੇ ਖਾਣ ਵਾਲੇ ਨੂੰ ਸਵਾਦ ਨਾ ਗਿਆ, ਬੱਕਰੀ ਆਪਦੇ ਜਾਨ ਹੋ ਗਈ, ਸਾਰਾ ਦਿਨ ਮੁੰਡਾ ਤੈਨੂੰ ਕਦੇ ਕੁਛ ਲਿਆ ਕੇ ਦੇਦਾ, ਕਦੇ ਕੁਛ ਲਿਆ ਕੇ ਦੇਦਾ, ਹਜੇ ਤੇਰੇ ਨਾ ਕਰੇ ਨਹੀਂ। ਮੈਨੂੰ ਪਤਾ ਹੀ ਹੈ ਕਿਹੜੇ ਹਾਲਾਂ 'ਚ ਲਿਆ ਕੇ ਦਿੰਦੇ ਹੋ ਤੁਸੀਂ, ਪਹਿਲੇ ਬੋਲ 'ਚ ਅੱਜ ਤੱਕ ਤੁਸੀਂ ਕੋਈ ਕੰਮ ਨਹੀਂ ਕਰਿਆ, ਹਰੇਕ ਸਾਰੇ ਕੰਮ ਤੁਸੀਂ ਲੜ ਕੇ ਕਰਦੇ ਹੋ, ਜਦੋਂ ਐਨ ਸਿਖਰ ਤੇ ਕੰਮ ਪਹੁੰਚ ਜਾਂਦਾ। ਤੇਰੇ ਕੰਮ ਨਾ ਪਹਿਲੇ ਬੋਲ 'ਚ ਕਰਨ ਵਾਲੇ ਹੈ ਹੀ ਨਹੀਂ, ਜੇ ਕਰਦਿਆਂ ਕਰੋ ਨਾ ਤਾਂ ਚੰਗੇ ਹੋ, ਜਦੋਂ ਝੱਗਾ ਚੌੜ ਹੋ ਜਾਂਦਾ ਉਦੋਂ ਕਰਦੇ ਹੋ, ਫਿਰ ਚੰਗੇ ਰਹਿੰਦੇ ਉਦੋਂ। ਤੇਰੀ ਡਿਮਾਂਡਾਂ ਵੀ ਦੇਖ ਕਿੱਡੀਆਂ ਕਿੱਡੀਆਂ ਹੁੰਦੀਆਂ ਨੇ, ਪੂਰੀਆਂ ਕਿਵੇਂ ਕਰਦੀ ਐ? ਮੇਰੀ ਡਿਮਾਂਡ ਤਾਂ ਐਡੀ ਹੀ ਨਹੀਂ, ਮੈਂ ਤਾਂ ਸਿੱਧੀ ਜੀ ਗੱਲ ਹੈ, ਮੈਂ ਸ਼ਿਮਲੇ ਜਾਊਂਗੀ ਤਾਂ ਜਾਊਂਗੀ, ਬਾਕੀ ਤੁਸੀਂ ਵੇਖ ਲਓ ਵੀ ਪਿਆਰ ਨਾਲ ਭੇਜਣਾ ਜੇ ਲੜਾਈ ਕਰਕੇ ਭੇਜਣਾ। ਆ ਇੱਕ ਲੜਾਈ ਵਾਲੀ ਗੱਲ ਹੈ ਇਹਦੇ ਕੋਲ ਤਾਂ, ਤੈਨੂੰ ਤਾਂ ਨਾ ਸੱਚੀ ਐਂ ਵੀ ਨਹੀਂ ਕਹਿ ਸਕਦੇ ਵੀ ਪੁੱਤ ਮਾੜੀ ਮੋਟੀ ਸਮਝ ਜਾ, ਪਰ ਤੈਂ ਕਿਹੜਾ ਸਮਝਣਾ ਹੈਗਾ? ਜੇ ਪਤਾ ਹੈ ਨਾ ਤੁਹਾਨੂੰ ਚੰਗੀ ਤਰ੍ਹਾਂ ਵੀ ਮੈਂ ਨਹੀਂ ਸਮਝਣਾ, ਤਾਂ ਚੁੱਪ ਕਰਕੇ ਮੈਨੂੰ ਸ਼ਿਮਲੇ ਭੇਜ ਦਿਓ, ਐਵੇਂ ਵਾਧੂ ਦੀ ਲੜਾਈ ਪਊਗੀ ਇੱਥੇ ਫਿਰ।